ਅਗਰ ਈਸਟ ਕੋਸਟ ਦੀ ਗੱਲ ਕਰੀਏ ਤਾਂ ਉੱਥੇ ਇੱਕ ਗੁਰੂ ਘਰ ਹੈ ਨਿਊਯਾਰਕ ਦੇ ਵਿੱਚ, ਜਿਹਨੂੰ ਪੂਰੀ ਦੁਨੀਆ ਵਿੱਚ ਬੈਠੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੋਏਗੀ। ਉਸ ਗੁਰੂ ਘਰ ਦਾ ਨਾਂ ਹੈ ਗੁਰਦੁਆਰਾ ਸੰਤ ਸਾਗਰ। ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਸੰਤ ਸਾਗਰ ਸਾਹਿਬ ਜਿਹੜਾ ਹੈ ਹੁਣ ਫਿਲਹਾਲ ਨਿਊਯਾਰਕ ਦੇ ਵਿੱਚ ਹੀ ਸੀ, ਤਾਂ ਹੁਣ ਉਹ ਸੈਕਰਾਮੈਂਟੋ ਦੀ ਜਿਹੜੀ ਸੰਗਤ ਹੈਗੀ ਆ, ਇਸ ਦੇ ਆਲੇ ਦੁਆਲੇ ਸੰਗਤ ਹੈ, ਉਹ ਉਹਨਾਂ ਨੂੰ ਇੱਥੇ ਵੀ ਦਰਸ਼ਨ ਕਰਨ ਵਾਸਤੇ ਮਿਲਣਗੇ। ਕਿਉਂਕਿ ਬਾਬਾ ਸੱਜਣ ਸਿੰਘ ਜੀ ਜਿਹੜੇ ਹੈਗੇ ਨੇ ਉਹ ਆਏ ਸੀਗੇ ਇੱਥੇ ਕੈਲੀਫੋਰਨੀਆ, ਤਾਂ ਇੱਥੇ ਗੁਰੂ ਘਰ ਜਿਹੜਾ ਹੈਗਾ ਜੈਸੀ ਐਵੀਨਿਊ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ 'ਚ ਪੈਂਦਾ, ਜੈਸੀ ਐਵੀਨਿਊ 'ਤੇ ਗੁਰੂ ਘਰ ਦੀ ਬਕਾਇਦਾ ਬਿਲਡਿੰਗ ਲੈ ਕੇ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੀ ਸਥਾਪਨਾ 13, 14, 15 ਮਾਰਚ ਨੂੰ ਹੋਏਗੀ। 13 ਮਾਰਚ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ 15 ਮਾਰਚ ਨੂੰ ਇਸ ਦੇ ਭੋਗ ਪਾਏ ਜਾਣਗੇ। ਸੋ ਇਹਦੀ ਉਦਘਾਟਨ ਕਹਿ ਲਓ ਚਾਹੇ ਓਪਨਿੰਗ ਕਹਿ ਲਓ, ਉਸ ਸਮੇਂ ਕਾਫੀ ਸਾਧ ਸੰਗਤ ਵੀ ਇਕੱਠੀ ਹੋਈ, ਬਾਬਾ ਸੱਜਣ ਸਿੰਘ ਜੀ ਖੁਦ ਆਏ। ਅਤੇ ਇੱਥੋਂ ਸੈਕਰਾਮੈਂਟੋ ਦੀ ਗੱਲ ਕਰੀਏ ਤਾਂ ਸਰਦਾਰ ਨਰਿੰਦਰਪਾਲ ਸਿੰਘ ਹੁੰਦਲ ਸਾਹਿਬ ਉਹਨਾਂ ਨੇ ਉੱਥੇ ਸ਼ਿਰਕਤ ਕੀਤੀ। ਆਓ ਦੇਖਦੇ ਹਾਂ ਜੀ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਦੀ ਇਹ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ 13, 14, 15 ਮਾਰਚ ਨੂੰ 1541 ਨੰਬਰ ਜੈਸੀ ਐਵੀਨਿਊ ਸੈਕਰਾਮੈਂਟੋ 95838 ਇਸ ਸਥਾਨ 'ਤੇ, ਜੋ ਕਿ ਹਾਈਵੇ 80 ਦੇ ਐਗਜ਼ਿਟ ਨੰਬਰ 91 ਦੇ ਉੱਤੇ ਬਿਲਕੁਲ ਨਜ਼ਦੀਕ ਆ, ਇਸ ਸਥਾਨ 'ਤੇ ਗੁਰਦੁਆਰਾ ਸੰਤ ਸਾਗਰ ਦੀ ਆਰੰਭਤਾ ਹੋ ਰਹੀ ਆ। ਹੋਰ ਜਾਣਕਾਰੀ ਲਈ ਤੁਸੀਂ 916-432-0930 'ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਕਰਾਮੈਂਟੋ ਵਿਖੇ ਜੋ ਕਿ ਗੁਰਦੁਆਰਾ ਸੰਤ ਸਾਗਰ ਆਰੰਭ ਹੋਣ ਜਾ ਰਿਹਾ ਹੈ, 13, 14, 15 ਮਾਰਚ ਨੂੰ 13 ਨੂੰ ਅਖੰਡ ਪਾਠ ਰੱਖ ਕੇ 15 ਨੂੰ ਭੋਗ ਪਾ ਕੇ ਇਸ ਗੁਰੂ ਘਰ ਦੀ ਸਥਾਪਨਾ ਹੋਏਗੀ। ਸੋ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਹੁਮ ਹਵਾ ਕੇ ਦਰਸ਼ਨ ਦਿਓ ਅਤੇ ਅਸਥਾਨ ਨੂੰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ਾਂ ਵਿੱਚ ਵੱਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਸੈਕਰਾਮੈਂਟੋ ਦੇ ਵਿੱਚ ਗੁਰਦੁਆਰਾ ਸੰਤ ਸਾਗਰ ਦੀ ਇਹ ਇਮਾਰਤ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਸੰਗਤਾਂ ਦੇ ਸਪੁਰਦ ਹੋਈ ਹੈ। ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਭਾਈ ਸਾਹਿਬ ਭਾਈ ਸੱਜਣ ਸਿੰਘ ਜੀ, ਜਿਹੜੇ ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਪਿੰਡ ਮੂਲੋਵਾਲ, ਜਿੱਥੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਨ ਪਾਏ ਸਨ, ਉਸ ਇਤਿਹਾਸਕ ਨਗਰ ਦੇ ਜੰਮਪਲ ਬਾਬਾ ਸੱਜਣ ਸਿੰਘ ਜੀ ਆਪਣੀ ਧਾਰਮਿਕ ਵਿੱਦਿਆ, ਸੰਗੀਤ ਵਿੱਦਿਆ, ਸਿੱਖ ਪੰਥ ਦੇ ਮਹਾਨ ਕੇਂਦਰ ਡਮੇਲੀ ਵਾਲੇ ਅਸਥਾਨ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਦੇ ਅਸਥਾਨ ਤੋਂ, ਸੰਤ ਬਾਬਾ ਸਰਵਣ ਸਿੰਘ ਜੀ ਗੰਧਰਵ ਤੋਂ ਰਾਗ ਵਿੱਦਿਆ ਪ੍ਰਾਪਤ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੜਾ ਲੰਬਾ ਸਮਾਂ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਉਸ ਉਪਰੰਤ ਤਕਰੀਬਨ ਪਿਛਲੇ 30 ਸਾਲ ਤੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਰਹਿ ਕੇ ਸੰਗਤਾਂ ਦੀ ਸੇਵਾ ਕਰ ਰਹੇ ਹਨ। ਉੱਥੇ ਗੁਰਦੁਆਰਾ ਸਾਹਿਬ ਸੰਤ ਸਾਗਰ ਦੀ ਸਥਾਪਨਾ ਕਰਕੇ ਇਹਨਾਂ ਨੇ ਬਹੁਤ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਇਹਨਾਂ ਦੇ ਮਨ ਦਾ ਸੰਕਲਪ ਸੀ ਕਿ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਸਥਾਨ ਬਣਾਇਆ ਜਾਵੇ। ਟਰਲਕ ਦੇ ਵਿੱਚ ਕੁਝ ਸਮਾਂ ਪਹਿਲਾਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਇਹਨਾਂ 'ਤੇ ਇੱਕ ਜਗ੍ਹਾ ਦੀ ਕਿਰਪਾ ਕੀਤੀ ਸੀ, ਲੇਕਿਨ ਕਾਨੂੰਨੀ ਮਜਬੂਰੀਆਂ ਕਰਕੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਨਹੀਂ ਹੋ ਸਕਿਆ। ਸੈਕਰਾਮੈਂਟੋ ਅਤੇ ਇਸ ਇਲਾਕੇ ਦੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੀ ਹੈ ਕਿ ਭਾਈ ਸਾਹਿਬ ਭਾਈ ਸੱਜਣ ਸਿੰਘ ਜੀ ਇਸ ਅਸਥਾਨ ਦੇ ਸੰਚਾਲਕ ਦੇ ਰੂਪ ਦੇ ਵਿੱਚ ਗੁਰਦੁਆਰਾ ਸੰਤ ਸਾਗਰ ਦੇ ਇਸ ਅਸਥਾਨ ਤੋਂ ਗੁਰਸਿੱਖੀ ਦੀ, ਗੁਰੂ ਪੰਥ ਦੀ ਸੇਵਾ ਕਰਨਗੇ। ਮੈਂ ਬੇਨਤੀ ਕਰਾਂਗਾ ਬਾਬਾ ਸੱਜਣ ਸਿੰਘ ਜੀ ਨੂੰ ਕਿ ਉਹ ਹੁਣ ਆਪਣੇ ਮੁਖਾਰਬਿੰਦ ਤੋਂ ਆਪ ਸਾਰੀਆਂ ਸੰਗਤਾਂ ਨੂੰ, ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਹੋਈਆਂ ਸੰਗਤਾਂ ਨੂੰ ਆਪਣੇ ਵੱਲੋਂ ਇਸ ਸਥਾਨ ਬਾਰੇ ਜਾਣਕਾਰੀ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਸਦਕਾ,
ਜੋ ਕਿ ਅੱਜ ਸਾਨੂੰ ਗੁਰਦੁਆਰਾ ਸੰਤ ਸਾਗਰ ਸਥਾਪਨ ਕਰਨ ਲਈ ਸੈਕਰਾਮੈਂਟੋ ਵਿਖੇ ਇਹ ਬਖਸ਼ਿਸ਼ ਹੋਈ ਹੈ। ਇਹ 1995 ਵਿੱਚ ਕੈਲੀਫੋਰਨੀਆ ਟਲਕ ਵਿਖੇ ਅਸੀਂ ਸ਼ੁਰੂ ਕੀਤੀ ਸੀ। ਸਤਿਗੁਰੂ ਜੀ ਨੇ ਉੱਥੇ ਜਗ੍ਹਾ ਦੀ ਬਖਸ਼ਿਸ਼ ਕੀਤੀ ਸੀ, ਪਰ ਉੱਥੇ ਕੁਛ ਕਾਨੂੰਨੀ ਕਾਰਵਾਈਆਂ ਕਰਕੇ ਅਸੀਂ ਉੱਥੇ ਕਾਮਯਾਬ ਨਹੀਂ ਹੋ ਸਕੇ। ਉੱਥੇ ਦੀਆਂ ਸੰਗਤਾਂ ਨੇ, ਪਰਿਵਾਰਾਂ ਨੇ ਉੱਥੇ ਬੜੀ ਸੇਵਾ ਕੀਤੀ ਹੈ, ਪਰ ਸਾਨੂੰ ਬੜੀ ਦੁਖੀ ਹਿਰਦੇ ਨਾਲ ਉਹ ਜਗ੍ਹਾ ਛੱਡਣੀ ਪਈ ਹੈ। ਪਰ ਅੱਜ ਅਸੀਂ ਇੱਥੇ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਇਹ ਜਗ੍ਹਾ ਲੱਭੀ। ਹੁੰਦਰ ਸਾਹਿਬ ਨੇ ਮੈਨੂੰ ਦੱਸਿਆ ਅਤੇ ਸਾਰੇ ਟਲਕ ਦੇ ਪਿਆਰਿਆਂ ਨੇ ਜਾ ਕੇ ਜਗ੍ਹਾ ਪਸੰਦ ਕੀਤੀ ਹੈ। ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਗੁਰੂ ਮਹਾਰਾਜ ਦੀ ਕਿਰਪਾ ਕਰਕੇ, ਸਾਨੂੰ ਇੱਕ ਕਲੋਜ਼ਿੰਗ ਹੋ ਕੇ ਚਾਬੀਆਂ ਮਿਲ ਗਈਆਂ ਨੇ, ਅਤੇ ਅੱਜ ਤੋਂ ਅਸੀਂ ਇਹਨੂੰ ਠੀਕ ਬਣਾ ਕੇ ਓਪਨਿੰਗ ਦੀ ਡੇਟ ਬੜੀ ਜਲਦੀ ਰੱਖਾਂਗੇ। ਮੈਂ ਸਾਰੀਆਂ ਸੰਗਤਾਂ ਦਾ ਜਿੰਨੇ ਅੱਜ ਇੱਥੇ ਆਏ ਨੇ ਸਭਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਨਾਲ ਹੀ ਜਸ ਪੰਜਾਬੀ TV ਦਾ ਜੋ ਕਿ ਹਮੇਸ਼ਾ ਹੀ ਪੰਥਕ ਸੇਵਾ ਲਈ ਤੱਤਪਰ ਹੋ ਕੇ ਅੱਗੇ ਰਹਿੰਦੇ ਨੇ, ਉਹਨਾਂ ਨੇ ਵੀ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਹਾਜ਼ਰ ਹੋਏ ਨੇ, PTC TV ਵਾਲੇ ਵੀ ਹਾਜ਼ਰ ਹੋਏ ਨੇ। ਮੈਂ ਸਭਨਾਂ ਦਾ ਧੰਨਵਾਦੀ ਹਾਂ ਅਤੇ ਸਮੂਹ ਸੰਗਤਾਂ ਨੂੰ ਅਪੀਲ ਕਰਦਾ, ਸਾਡਾ ਪਰਪਜ ਹੈ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਅਤੇ ਕੀਰਤਨ ਸਿਖਾਉਣਾ, ਇਹ ਸਾਡਾ ਮੁੱਢ ਦਾ ਪਰਪਜ ਹੈ, ਅਤੇ ਗੁਰਮਤ ਦਾ ਪ੍ਰਚਾਰ ਕਰਨਾ, ਗੁਰੂ ਕੇ ਸ਼ਬਦ ਦਾ ਪ੍ਰਚਾਰ ਕਰਨਾ, ਇਹੀ ਸਾਡਾ ਪਰਪਜ ਹੈ। ਅਸੀਂ ਇਹ ਗੁਰਦੁਆਰਾ ਅਕਾਲ ਤਖਤ ਦੀ ਮਰਜ਼ਾਦਾ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਨਾਲ ਸੰਗਤਾਂ ਦਾ ਸਹਿਯੋਗ ਵੀ ਬੜਾ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।